ਕੋਚੀ ਹਲੋ ਹਾਂਜੀ ਸਭ ਸੇ ਗੱਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਦਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨੀ ਦਰ ਨੇ ਚੱਲ ਰਹੇ ਹੈ ਹੈਨਾ ਬੜੇ ਲੋਕ ਆਪਣੇ ਭਰਾ ਹੈਗੇ ਜਿਹੜੇ ਇੱਥੇ 100 ਤੋਂ ਵੱਧ ਸ਼ਹੀਦ ਹੋਏ ਹੈ ਭੈਣ ਭਰਾ ਜਿੰਨੇ ਵੀ ਸੀਗੇ ਅੱਜ ਵੀ ਤਾਂ ਰਣੈਚੋ ਉਹ ਗਰਮੀ ਦੇ ਹਿਸਾਬ ਨਾਲ ਵੀ ਤਿਆਰੀਆਂ ਚੱਲ ਰਹੀਆਂ ਹਨਾ ਪਰ ਇੱਕ ਮੈਂ ਗੱਲ ਸੁਣੀ ਐ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹ ਕਹਿੰਦੇ ਵੀ ਜਿਹੜੇ ਹਿਸਾਬ ਨਾਲ ਵੀ ਹੁਣ 11 ਮੀਟਿੰਗਾਂ ਹੋਈਆਂ 11 ਮੀਟਿੰਗਾਂ 'ਚ ਕੋਈ ਹੱਲ ਨਹੀਂ ਨਿਕਲਿਆ ਤੇ ਉਸ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ ਲਾਸਟ ਮੀਟਿੰਗ ਸ਼ਾਇਦ ਪਤਾ ਨਹੀਂ ਇੱਕਦੋਂ ਹੋਈ ਸੀਗੀ ਮੈਨੂੰ ਯਾਦ ਨਹੀਂ ਤੇ ਹੁਣ ਚੁੱਪ ਕਰੇ ਬੈਠੇ ਕਹਿੰਦੇ ਚੁੱਪ ਕਰੇ ਬੈਠੇ ਨੇ ਇਹਦਾ ਮਤਲਬ ਇਹ ਆ ਵੀ ਇਹ ਜਿਹੜੀ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਐ ਕੁਝ ਨਾ ਕੁਝ ਇਹ ਤਿਆਰੀ ਕਰ ਸਕਦੇ ਆ ਆਪ ਦੀ ਆਪਣਾ ਨੁਕਸਾਨ ਕਰਨ ਵਾਸਤੇ ਹੋ ਵੀ ਸਕਦਾ ਤੇ ਉਹਦੇ ਵਾਸਤੇ ਆਪਾਂ ਨੂੰ ਤਿਆਰ ਵੀ ਰਹਿਣਾ ਚਾਹੀਦਾ ਆਪਾਂ ਪਤਾ ਵੀ ਐਂ ਕਰਨਗੇ ਐਂ ਕਰਨਾਂਗੇ ਪਰ ਇਹ ਕੁਝ ਵੀ ਕਰ ਸਕਦੇ ਆ ਹਨਾ ਤੇ ਇੱਕ ਗੱਲ ਯਾਰ ਵੀ ਸ਼ੁਰੂ ਕਰ ਕਰ ਕੀ ਸਕਦੇ ਕਰਤਾ ਦਿੱਤਾ ਸ਼ੁਰੂ ਇਹਨਾਂ ਨੇ ਆ ਦਿੱਲੀ ਪੁਲਿਸ ਨੇ ਕਹਿਤਾ ਕਹਿੰਦੇ ਜਿਹੜਾ ਮਜਮਾ ਲਈ ਬੈਠੇ ਨੂੰ ਬੰਦ ਕਰੋ ਜਾਓ ਆਪੋ ਆਪਣੇ ਘਰ ਘਰੇ ਨਹੀਂ ਤਾਂ ਵੇਖ ਲਓ ਤੁਹਾਡਾ ਬੰਦਾ ਕੀ ਹੈ ਧਮਕੀਆ ਦੇਣ ਲੱਗ ਪਿਆ ਗੁੰਡਾਗਰਦੀ ਤੇ ਸ਼ਰਮ ਵਿਖਾਉਣ ਲੱਗ ਪਿਆ ਇਦੂ ਤੇ ਹੋਰ ਕੀ ਕਰ ਲੈਣਗੇ ਪਰ ਯਾਰ ਬਾਕੀ ਬਿਆਨ ਆਇਆ RAMDEV ਦਾ ਆਖੇ ਕੀ ਕਹਿੰਦਾ ਸੀਗਾ ਕਿ ਅੰਦੋਲਨ ਨਾਲ ਪੁਰਾਣਾ ਬਿਆਨ ਵੀ ਨਹੀਂ ਆਖੇ ਦੇਸ਼ ਦਾ ਨੁਕਸਾਨ ਹੋ ਸਕਦਾ ਤੇ ਤੈਨੂੰ ਜਿਆਦਾ ਪਤਾ ਸਾਲੇ ਕਾਣਾ ਯਾ ਆਪ ਤਾਂ ਤੂੰ ਭੱਜ ਗਿਆ ਪਾ ਕੇ ਕੱਪੜੇ ਬੁੜੀਆਂ ਵਾਲੇ ਤੇ ਦਫਾ ਹੋ ਗਿਆ ਹੈਂ ਕਪੜਾ ਕਰਕੇ ਤੂੰ ਦੱਸੇਗਾ ਦੇਸ਼ ਕਿੰਨਾ ਕਿਸ ਮੁਕਾਮ ਤੇ ਪਹੁੰਚ ਸਕਦਾ ਕੀ ਦੇਸ਼ ਦਾ ਭਲਾ ਕੀ ਬੁਰਾ ਦੇਸ਼ ਦਾ ਯਾਰ ਲੋਕ ਵੀ ਸੋਚਦੇ ਨਹੀਂ ਬੋਲਣ ਲੱਗੇ ਐਡਾ ਮੈਂ ਕਹਿੰਨਾ ਕੀ ਚਮਚਾਗਰੀ ਦਾ ਭੂਤ ਸਵਾਰ ਹੋਇਆ ਸਿਰ ਤੇ ਵੀ ਸਾਲਾ ਇਹ ਜੋ ਜੋ ਯਾਰ ਵੀ ਗੱਲ ਕੀ ਚੱਲ ਰਹੀ ਹੈ ਕੀ ਮੁੱਦਾ ਚੱਲੀ ਜਾਂਦਾ ਮੂੰ ਤਾਂ ਕਹਿੰਦਾ ਜੀ ਮੈਂ ਖੇ ਦੇਸ਼ ਦੇ ਖੇ ਭ੍ਰਿਸ਼ਟਾਚਾਰ ਦੇ ਖਿਲਾਫ ਹਾਂ ਸਾਲਿਆ ਚਾਰ ਟੱਗਿਆਂ ਤੇ ਤਾਂ ਵੇਚ ਗਿਆ ਤੂੰ ਮੋਦੀ ਮੋਦੀ ਨੇ ਤੈਨੂੰ ਖਰੀਦ ਲਿਆ ਕਿਹੜੇ ਭ੍ਰਿਸ਼ਟਾਚਾਰ ਦੇ ਖਿਲਾਫ ਹਾਂ ਕਿਸਾਨ ਕਿਸਾਨ ਬੰਦਾ ਨਹੀਂ ਹੈਗਾ ਖੇਤੀਬਾੜੀ ਕਰਦੇ ਆ ਤਾਂ ਕਦੇ ਕੋਈ ਨਹੀਂ ਕਹਿੰਦਾ ਕਾ ਜੈ ਯੋਗੇ ਵਾਲਾ ਜੈ ਬਤੰਜਲੀ ਵਾਲਾ ਉਹ ਜੈ ਜਵਾਨ ਜੈ ਕਿਸਾਨ ਕਹਿੰਦੇ ਆ ਉਹ ਰਣਜੀਤ ਬਾਵੇ ਦੀ ਗੱਲ ਵੈਸੇ ਸਹੀ ਹੈ ਫਿਰ ਆ ਬਣਾ ਕਰੇ ਜੇ ਫੇਰ ਅੰਗਰੇਜ਼ ਇੱਥੇ ਆ ਗਏ ਨਾ ਤਾਂ ਜੋਗਾ ਕਰਕੇ ਆਜ਼ਾਦੀ ਲੈ ਲਓ ਵੈਸੇ ਯਾਰ ਮੈਂ ਹਰ ਵੀਡੀਓ ਚ ਕਹਿਣਾ ਹੁੰਦਾ ਇਹ ਗੱਲ ਮੈਂ ਹਰ ਦੂਜੀ ਤੀਜੀ ਵੀਡੀਓ ਚ ਕਹਾਂ ਮੈਂ ਵੀ ਪ੍ਰਾਈਵੇਟ ਜਿਵੇਂ ਕਿ ਪ੍ਰਾਈਵੇਟ ਕਹ ਰਹੇ ਨੇ ਸਟੇਟ ਆਰਮੀ ਹੋਣੀ ਚਾਹੀਦੀ ਹੈ। ਜਿਵੇਂ ਸਟੇਟ ਪੁਲਿਸ ਹੈ। ਉਹ ਵੀ ਸਟੇਟ ਆਰਮੀ ਹੋਣੀ ਚਾਹੀਦੀ ਹੈ। ਇਹਨਾਂ ਨੂੰ ਪਤਾ ਲੱਗ ਜਾਊਗਾ ਜੇ ਸਟੇਟ ਆਰਮੀ ਬਣ ਜੇ ਤਾਂ। ਵੀ ਆਰਮੀ ਕੱਲੀ ਉਹ ਪੰਜਾਬ ਦੀ ਆਰਮੀ ਸਿਰ ਪੰਜਾਬ ਵਾਸਤੇ ਕੰਮ ਕਰੂਗੀ। ਪੰਜਾਬ 'ਚ ਜਿਹੜਾ ਕੁਝ ਹੁੰਦਾ ਉਹ ਉੱਥੇ ਰੋਕੂਗੀ। ਪੰਜਾਬ ਤੋਂ ਬਾਹਰ ਨਹੀਂ ਜਾ ਸਕਦੀ। ਇਹ ਲਿਮਟਿਡ ਹੋਣੀ ਚਾਹੀਦੀ ਹੈ ਚੀਜ਼। ਫਿਰ ਇਹਨਾਂ ਨੂੰ ਲੱਗੂਗਾ ਪਤਾ ਵੀ ਕਿਹੜੇ ਭਾਅ ਵਕਦੀ ਐ ਬੰਦੇ ਨੂੰ ਬੰਦਾ ਨਹੀਂ ਸਮਝਦੇ ਯਾਰ ਇਹ ਹਜੇ ਤੱਕ ਇਹਨਾਂ ਨੇ ਕੋਈ ਕੁਝ ਨਹੀਂ ਕਿਹਾ ਵੀ ਭਾਈ ਅਸੀਂ ਬਿੱਲ ਰੱਦ ਕਰ ਦਾਂਗੇ ਕਹਿੰਦਾ 3 ਸਾਲ ਵਾਸਤੇ ਹੋ ਜਾਣੇ ਚਾਹੀਦੇ ਆ ਹਰਾਮਦੇਵ ਕਹਿੰਦਾ 1.5 ਸਾਲ ਨਹੀਂ 3 ਸਾਲ ਵਾਸਤੇ ਪਰ ਇਹਦਾ ਕੋਈ ਵਿਚਾਰ ਤਾਂ ਕੱਢਣਾ ਕਿਸਾਨ ਵੀ ਥੋੜੇ ਜਿ ਢਿੱਲੇ ਪੈਣ ਕੋ ਥੋੜੇ ਠੰਡੇ ਹੋਣ ਕਿਸਾਨ ਠੰਡੇ ਕੀ ਹੋਣ ਨਹੀਂ ਮਤਲਬ ਥੱਫੜ ਵੀ ਅਗਲਾ ਮਾਰ ਜੇ ਤੇ ਮੁੜ ਕੇ ਮਾਫੀ ਵੀ ਆਪਾਂ ਮੰਗ ਲਈਏ ਇਹ ਕਿੱਧਰ ਨੂੰ ਗੱਲ ਜਾਂਦੀ ਐ ਬਾਈ ਅਗਲਾਪਾ ਮੈਂ ਕ ਅੱਗੇ ਕਰੇ ਤੇ ਦੋ ਥੱਪੜ ਲਾਏ ਕਾਂਦੀ ਜੜ ਚ ਮੜ ਕੇ ਮਾਫੀ ਵੀ ਆਪਾਂ ਹੀ ਮੰਗੀ ਏ ਇਹ ਕਿੱਧਰ ਨੂੰ ਗੱਲ ਗਈ ਝੋਕਣ ਕਾਲੇ ਵਾਸਤੇ ਝੋਕਣ ਕਿਸਾਨ ਬਈ ਕਿਸਾਨ ਮੋਦੀ ਨੇ ਨਹੀਂ ਬਣਾਏ ਮੋਦੀ ਕਿਸਾਨਾਂ ਨੇ ਬਣਾਇਆ ਜਨਤਾ ਨੇ ਬਣਾਇਆ ਕਹਿੰਦੇ ਵੀ ਤਿੰਨਾ ਚੋਂ ਦੋ ਕਾਨੂੰਨ ਤਾਂ ਕਹਿੰਦੇ ਕਿਸਾਨਾਂ ਵਾਸਤੇ ਸੁਣਿਆ ਮੈਂ ਉੜ ਦਿੜ ਦੀ ਗੱਲ ਇੱਕ ਕਸੂਰ ਦਾ ਕਾਨੂੰਨ ਤਾਂ ਸਾਰੀ ਜਨਤਾ ਵਾਸਤੇ ਪਰ ਯਾਰ ਜਨਤਾ ਸਾਰੀ ਕਿਸਾਨ ਦੇ ਸਿਰ ਤੇ ਆ ਰੋਟੀ ਦੇ ਸਿਰ ਤੇ ਆ ਸਾਰੀ ਜਨਤਾ ਰੋਟੀ ਰੋਟੀ ਖਾਊਗੀ ਕਿੱਥੋਂ ਜੇ ਖੇਤੀਬਾੜੀ ਨਾ ਹੋਈ ਤਾਂ ਲੋਕ ਰੋਟੀ ਕਿੱਥੋਂ ਖਾਣਗੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਇਕੱਲੇ ਇੱਕ ਅੱਦੇ ਬੰਦੇ ਨਾਲ ਕੰਮ ਨਹੀਂ ਚੱਲਣਾਗਾ ਠੀਕ ਹੈ ਹੁਣ ਮਹਾਪੰਚਾਇਤਾਂ ਹੋਈ ਜਾਂਦੀਆਂ ਸਿੰਘੂ ਬਲਟਰ ਤੇ ਕਹਿੰਦੇ ਮੀਟਿੰਗ ਹੋਈ ਹੈ ਯਾਰ ਪੰਜਾਬ ਦੇ ਆਪਣੇ ਭਰਾ ਕਹਿੰਦੇ ਹੈ ਤਾਂ ਬਹੁਤ ਪਰ ਫੇਰ ਵੀ ਕਹਿੰਦੇ ਇਕੱਠ ਹੋਰ ਵਧਾਓ ਹਜੇ ਤੇ ਵਧਾਉਣਾ ਚਾਹੀਦਾ ਵੀ ਵੀਰੇ ਕਿਉਂਕਿ ਹਜੇ ਕਿਸੇ ਨੂੰ ਨਹੀਂ ਪਤਾ ਵੀ ਕੀ ਹੋ ਸਕਦਾ ਤਾਂ ਜਿਹੜੇ ਆਪਣੇ ਆਹਾ ਹੈਗੇ ਆ ਨੈਟ ਚੌਧਰੀ ਸੋਸ਼ਲ ਮੀਡੀਆ ਵਾਲੇ ਇਹਨਾਂ ਨੂੰ ਮੈਂ ਕਹਿੰਦਾ ਵੀ ਬਿਨਾਂ ਸੋਚੇ ਸਮਝੇ ਪਕਾਈ ਨਾ ਮਰਿਆ ਕਰੋ ਤੇ ਲੋਕਾਂ ਨੂੰ ਵੀ ਇਹ ਅਪੀਲ ਹੈ ਮੇਰੀ ਵੀ ਐਵੇਂ ਨਾ ਹਰ ਕੋਈ ਵੀਡੀਓ ਕਿਸੇ ਦੀ ਚੱਕ ਕੇ ਸ਼ੇਅਰ ਨਾ ਕਰਦਾ ਜਾ ਕਰੋ ਮੇਰਾ ਭਾਈ ਕਿਉਂਕਿ ਉਹਦੇ ਨਾਲ ਕੁਝ ਹੋਣਾ ਹੈ ਨੀਗਾ ਐਵੇਂ ਬਸ ਇੱਕ ਟਾਈਮ ਵੇਸਟ ਕਰਨ ਵਾਲੀ ਗੱਲ ਆ ਉਹਦਾ ਬਹਲਾ ਕਰ ਲੋ ਥੋੜਾ ਕਰ ਲੋ ਠੀਕ ਹੈ ਨਾ ਤੇ ਬਾਕੀ ਚਲੋ ਠੀਕ ਹੈ ਵੀਰੇ ਬਾਕੀ ਤੁਹਾਨੂੰ ਪਤਾ ਹੀ ਆ ਕੀ ਕੀ ਕੁਛ ਇਨਾਂ ਨੇ ਬੋਲਿਆ ਕੋਈ ਪੀੜਾ ਕਹਿੰਦਾ ਕੋਈ ਅੰਦੋਲਨ ਜੀ ਵੀ ਕਹਿੰਦਾ ਲੱਗ ਜੂਗਾ ਪਤਾ ਇਹਨਾਂ ਨੂੰ ਵੀ ਕਿਹੜੇ ਭਾਵਿਕ ਦੀ ਹੈ ਠੀਕ ਹੈ ਵੀਰੇ ਬੋਲਣ ਚ ਕੋਈ ਬਾਤ ਘਟ ਰਹੀ ਹੋਵੇ ਆਪਾਂ ਤੁਹਾਡੇ ਤੋਂ ਮਾਫੀ ਮੰਗਦੇ ਆ ਤੇ ਸੋਚ ਕੇ ਬੋਲਿਆ ਕਰੋ ਤੋਲ ਕੇ ਬੋਲਿਆ ਕਰੋ ਇਹੋ ਜੀ ਕੋਈ ਗੱਲ ਨਾ ਕਰਿਆ ਕਰੋ ਵੀ ਜਿਹਦੇ ਨਾਲ ਅਗਲੇ ਦਾ ਨੁਕਸਾਨ ਹੋਵੇ ਅਗਲਾ ਗਲਤਫਹਿਮੀ ਚ ਪਵੇ ਠੀਕ ਹੈ ਓਕੇ ਵੀਰੇ ਵੀਡੀਓ ਲਾਈਕ ਸ਼ੇਅਰ ਕਮੈਂਟ ਚ ਚੈਨਲ ਸਬਸਕ੍ਰਾਈਬ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਓਕੇ ਸੋਸ਼ੀ ਕਾਲ